ਕਲਯੁਗ ਦਾ ਇਹ ਸਭ ਤੋਂ ਵੱਡਾ ਮੁੱਖ ਸਾਧਨ ਹੈ। ਜਦੋਂ ਮਨੁੱਖ ਸਾਧ ਸੰਗਤ ਦੀ ਸਤਸੰਗਤ ਦੇ ਵਿੱਚ ਜਾਵੇ ਨਾ, ਜਾਂ ਮਨ ਵਿੱਚ ਕੋਈ ਇੱਛਾ ਫੁਰੇ ਵੀ ਅੱਜ ਸੰਗਤ ਕਰਨ ਜਾਣਾ, ਤਾਂ ਸਮਝ ਲਓ ਕਿ ਸਾਡਾ ਕੋਈ ਚੰਗਾ ਪੁੰਨ, ਚੰਗਾ ਕਰਮ ਸਾਡਾ ਸਾਨੂੰ ਫਲ ਦੇਣ ਵਾਸਤੇ ਅੱਗੇ ਆ ਰਿਹਾ। ਸੌਖੀ ਦੀ ਸਾਧ ਸੰਗਤ ਦੀ ਹਰ ਮਨੁੱਖ ਇਸ ਗੱਲ ਤੋਂ ਸੌਖਾ ਜਿਹਾ, ਸੁਖੈਨ ਜਿਹਾ ਅੰਦਾਜ਼ਾ ਲਾ ਲਵੇ। ਜਦੋਂ ਮਨੁੱਖ ਦੇ ਕਰਮ ਜਾਗਦੇ ਹੈ, ਭਾਗ ਜਾਗਦੇ ਹੈ, ਉਦੋਂ ਮਨੁੱਖ ਦੇ ਅੰਦਰ ਚੰਗੇ ਸੰਕਲਪ, ਚੰਗੇ ਫੁਰਨੇ, ਪਵਿੱਤਰ ਖਿਆਲ, ਪਵਿੱਤਰ ਉੱਚੀ ਸੁੱਚੀ ਸੋਚ ਆਉਣ ਲੱਗ ਜਾਂਦੀ ਹੈ, ਚੰਗੇ ਫੁਰਨੇ ਪੈਦਾ ਹੋਣ ਲੱਗ ਜਾਂਦੇ ਹੈ। ਜੀਵਨ ਵਿੱਚ ਮਨੁੱਖ ਇਹ ਸਮਝ ਲਵੇ ਆਪਣੇ ਅੰਦਰ ਝਾਤੀ ਮਾਰ ਕੇ ਕਿ ਜਦੋਂ ਕੋਈ ਵੀ ਚੰਗਾ ਕਰਮ ਕਰਨ ਨੂੰ ਮਨ ਕਰਦਾ ਨਾ, ਚੰਗੇ ਕਰਮ ਲਈ ਮਨੁੱਖ ਪ੍ਰਵਿਰਤ ਹੁੰਦਾ, ਸਤਸੰਗਤ ਵੱਲ ਨੂੰ ਮਨੁੱਖ ਇੱਕ ਕਦਮ ਵੀ ਰੱਖ ਕੇ ਤੁਰਦਾ, ਜਾਂ ਜਪ ਕਰਦਾ, ਨਾਮ ਜਪਦਾ, ਸੇਵਾ ਕਰਦਾ, ਮਨ ਵਿੱਚ ਇੱਕ ਫੁਰਨਾ, ਇੱਕ ਉਤਸ਼ਾਹ ਪੈਦਾ ਹੋਏ ਕਿ ਬਈ ਅਸੀਂ ਆਹ ਸ਼ੁਭ ਨੇਕ ਚੰਗਾ ਕਰਮ ਕਰਨਾ ਸਾਡਾ ਫਰਜ਼ ਹੈ, ਮਨ ਵਿੱਚ ਚੰਗਾ ਖਿਆਲ ਆ ਜਾਏ, ਚੰਗੇ ਖਿਆਲ ਆ ਕੇ ਜਨਮ ਲੈ ਲੈਣ, ਤਾਂ ਸਮਝ ਲਓ ਬੰਦੇ ਦੇ ਭਾਗ ਜਾਗ ਪਏ, ਚੰਗੇ ਕਰਮ ਉਹਦੇ ਹੋ ਰਹੇ ਹੈ। ਤੇ ਜੇ ਮਨੁੱਖ ਦੇ ਅੰਦਰ ਕੋਈ ਪਾਪ ਖਿਆਲ ਬਾਰ ਬਾਰ ਆਉਂਦਾ, ਮਨ ਵਿੱਚੋਂ ਹਟਦਾ ਨਹੀਂ, ਪਾਪ ਕਰਨ ਨੂੰ ਮਨ ਕਰਦਾ, ਤਾਂ ਸਮਝ ਲਓ ਕਿ ਮਾੜੇ ਕਰਮ ਅੱਗੇ ਆ ਰਹੇ ਹਨ। ਇਹ ਸੌਖਾ ਜਿਹਾ ਢੰਗ ਤਰੀਕਾ ਹੁੰਦਾ ਆਪਣੀ ਕਰਮ ਗਤੀ ਨੂੰ ਵਿਚਾਰਨ ਦਾ, ਮਨ ਵਿੱਚ ਸੋਚਣ ਦਾ। ਇਹ ਸਤਿਪੁਰਸ਼ਾਂ ਦਾ ਕਥਨ ਹੈ। ਸਤ ਸੰਗਤ ਜੀ, ਧਾਰਮਿਕ ਗ੍ਰੰਥਾਂ ਵਿੱਚ ਬੜਾ ਸੁੰਦਰ ਜ਼ਿਕਰ ਆਇਆ, ਦੁਰਲਭ ਮਾਨਵ ਦੇਹ ਕੋ ਪਾਏ ਕਹਿ ਸੰਤਨ ਕੋ ਸਤਸੰਗ ਕਰੋ ਰੇ।